ਇਹ ਜਨਾਬ ਪਹਿਲੇ ਇੱਥੇ ਭਗਤੂ ਜੱਟ ਜੀ ਸਿੱਖ ਸੀ ਜੀ, ਉਹ ਰਹਿ ਰਿਹਾ ਸੀ ਇੱਕ ਘਰ। ਉਸ ਤੋਂ ਬਾਅਦ ਸਾਡੇ ਪਿਓ ਦਾਦੇ ਦਾਦਾ ਪਰਦਾਦਾ ਜਾਮੂ ਗੁੱਜਰ ਇੱਥੇ ਆਇਆ, ਉਹਦਾ ਮੁਕਾਮੀ ਰਹਿਣ ਵਾਲਾ ਸੀ, ਠੀਕ ਹੈ ਨਾ। ਅਸੀਂ ਜੱਦੀ ਪੁਸ਼ਤੀ ਗੁੱਜਰ ਇੱਥੇ ਡਿਊਟੀ 'ਤੇ ਰਹਿਣ ਵਾਲੇ ਹਾਂ, ਸਾਡੇ ਨਾਂ 'ਤੇ ਡਿਊਟੀ ਚੱਲਦੀ ਪਈ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਜ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀ ਖਿਲ। ਅੱਜ ਅਸੀਂ ਆਪਣੇ ਤਹਿਸੀਲ ਸ਼ਕਰਗੜ੍ਹ ਪਿੰਡ ਡਿਊੜੀ ਕਰਤਾਰਪੁਰ ਲਾਗੇ ਜੀ ਉੱਥੇ ਪਹੁੰਚੇ ਹਾਂ। ਸਾਡੇ ਯਾਸਰ ਵੀਰ ਨੇ, ਤਾਹਰ ਸਾਡੇ ਭਾਈ ਨੇ, ਪਟਵਾਰੀ ਨੇ ਸ਼ਕਰਗੜ੍ਹ ਦੇ ਭਾਅ ਜੀ ਜ਼ਫਰਵਾਲ ਹਲਕੇ ਦੇ, ਇਦਨਾਨ ਭਾਈ ਨੇ ਸਾਡੇ ਇੱਧਰ ਪਿੱਛੇ ਭਾਈ, ਹਮੇਸ਼ਾ ਪਿੱਛੇ ਹੀ ਰਹਿੰਦੀ ਹੈ ਪੰਜਾਬ ਪੁਲਿਸ, ਫੈਸਲ ਭਾਈ, ਪੰਜਾਬ ਪੁਲਿਸ ਜ਼ਿੰਦਾਬਾਦ ਭਾਜੀ। ਔਰ ਇੱਧਰ ਸਾਡੇ ਵੀਰ ਨੇ, ਕੀ ਨਾਮ ਆ ਵੀਰ ਜੀ? ਵਸੀਮ, ਹਸੀਬ, ਹਸੀਬ ਭਾਈ ਨੇ। ਹਸੀਬ ਭਾਈ ਕਿਹੜਾ ਪਿੰਡ ਹੈ? ਕੋਟ ਲੈਣਾ, ਖਾਸ ਕੋਟ ਲੈਣਾ, ਬੜੀ ਗੱਲ ਆ ਭਾਅ ਜੀ। ਕੋਟ ਲੈਣੇ ਦੇ ਨੇ ਭਾਅ ਜੀ ਆਪਣੇ ਵੀਰ, ਅਤੇ ਐਸ ਐਮ ਚੌਧਰੀ ਯਾਸਰ ਦੇ ਡੇਰੇ 'ਤੇ ਹਾਂ। ਅਤੇ ਸਾਡੇ ਬਹੁਤ ਹੀ ਪਿਆਰੇ ਵੀਰ ਨੇ, ਅੱਜ 2-3 ਸਾਲ ਤੋਂ ਦੱਸਦੇ ਉਹਨਾਂ ਨੂੰ ਕਹਿੰਦੇ ਕਿ ਤੁਹਾਡੀ ਜ਼ਿੰਦਗੀ 'ਚ ਕਦੇ ਡਿਊੜੀ ਦਾ ਵਿਲਾਗ ਬਣਾਵਾਂਗੇ, ਅਤੇ ਜ਼ਿੰਦਗੀ ਦੀ ਮਸਰੂਫੀਆ 'ਚ ਟਾਈਮ ਨਹੀਂ ਲੱਗਾ। ਅਤੇ ਸਾਡੇ ਵੀਰ ਨੇ ਡਿਊੜੀ ਤੋਂ ਚੌਧਰੀ ਖੁਰਮ ਸਾਹਿਬ ਜਿਹੜੇ ਕਿ ਇਸ ਪਿੰਡ ਨੂੰ ਅਲਵਿਦਾ ਕਰਕੇ, ਇਸ ਟਾਈਮ ਪਤਾ ਨਹੀਂ ਰਹਿੰਦੇ ਕਿੱਥੇ ਨੇ, ਲੇਕਿਨ ਲਾਹੌਰ ਰਹਿੰਦੇ ਨੇ ਭਾਈ, ਯਾਸਰ ਭਾਈ ਕਹਿੰਦੇ ਲਾਹੌਰ ਰਹਿੰਦੇ ਨੇ, ਲੇਕਿਨ ਦੁਬਈ ਸ਼ਿਫਟ ਹੋ ਗਏ ਨੇ, ਦੁਬਈ ਉਹਨਾਂ ਆਪਣੇ ਕਾਰੋਬਾਰ ਵਗੈਰਾ। ਅਤੇ ਯਾਸਰ ਭਾਈ ਦੱਸਦੇ ਪਏ ਸੀ ਕਿ ਮਸਜਿਦ ਦੇ ਸਾਹਮਣੇ ਹੀ ਮੇਰੇ ਵੀਰਾਂ ਦਾ ਘਰ ਹੈ ਇਸ ਸਾਈਡ 'ਤੇ। ਅਤੇ ਅੱਜ ਅਸੀਂ ਡਿਊੜੀ ਪਿੰਡ 'ਚ ਜੀ ਕਬੱਡੀ ਮੈਚ ਜਿਹੜਾ ਨਾ ਉਹਦੀ ਕਵਰੇਜ ਕਰਨ ਵਾਸਤੇ ਪਹੁੰਚੇ ਹਾਂ। ਅਤੇ ਡਿਊੜੀ ਦਾ ਕੋਈ ਬਜ਼ੁਰਗ ਮਿਲਦਾ ਅਤੇ ਵੀਰਾਂ ਨਾਲ ਨਾ ਥੋੜ੍ਹਾ ਜਿਹਾ ਬਜ਼ੁਰਗਾਂ ਨੂੰ ਪੁੱਛਦੇ ਹਾਂ ਡਿਊੜੀ ਦੇ ਬਾਰੇ 'ਚ। ਆਪਣੇ ਮੇਲਾ ਵੀ ਲੱਗਾ ਤਾ ਜੀ, ਇਹ ਯਾਸਰ ਭਾਈ, ਆਪਣੇ ਤਾਹਿਰ ਭਾਈ, ਫੈਸਲ ਭਾਈ, ਇਹ ਮੇਲਾ ਪਹਿਲੇ ਵੀ ਲੱਗਦਾ ਸੀ ਜਾਂ ਪਹਿਲੀ ਕੋਸ਼ਿਸ਼ ਹੈ? ਲੰਗਰ ਦਾ ਬੰਦੋਬਸਤ ਹੁੰਦਾ ਰਿਹਾ, ਜਿਹੜਾ ਰੌਣਕ ਮੇਲਾ ਨਾ ਦੁਕਾਨਾਂ ਸ਼ੁਕਾਨਾਂ ਜੀ ਜੀ ਝੰਗੂਰੇ ਕਬੱਡੀ ਚਬੱਡੀ ਆ, ਪਹਿਲੀ ਦਫਾ ਹੀ ਇਹ ਪਹਿਲੀ ਦਫਾ ਹੀ ਆ ਜੀ ਜੀ। ਇਹ ਮੈਨੂੰ ਪਤਾ ਪਿਛਲੀ ਵਾਰੀ ਲਾਲੂ ਕੋਟ ਕਬੱਡੀ ਦੇ ਵਿੱਚ ਐਲਾਨ ਹੋਇਆ ਸੀ ਕਿ ਇਨਸ਼ਾਅੱਲਾ ਜ਼ਿੰਦਗੀ ਰਹੀ, ਅਤੇ ਜ਼ਿੰਦਗੀ ਦੇ ਮੇਲੇ ਨੇ ਭਾਅ ਜੀ, ਜ਼ਿੰਦਗੀ ਰਹੀ ਹੈ। ਅਤੇ ਦੇਖ ਲਓ ਭਾਅ ਜੀ, ਮੇਲਾ ਸ਼ੁਰੂ ਹੋ ਗਿਆ ਔਰ ਅੱਜ ਬਹੁਤ ਬੜੀ ਕਬੱਡੀ ਹੈ ਇੱਥੇ। ਜਿਨ੍ਹਾਂ ਵੀਰਾਂ ਨੇ ਸਾਡੇ ਪੇਜ 'ਤੇ ਕਬੱਡੀ ਦੇਖਣੀ ਹੋਏ ਤਾਂ ਫੇਸਬੁੱਕ ਪੇਜ 'ਤੇ ਤੁਸੀਂ ਕਬੱਡੀ ਵੇਖ ਸਕਦੇ ਹੋ। ਸਾਡੇ ਬਜ਼ੁਰਗਾਂ ਦਾ ਨਾਮ ਕੀ ਹੈ ਜੀ? ਹਾਂਜੀ ਅਕਰਮ ਸਾਹਿਬ, ਕੀ ਹਾਲ ਆ ਜੀ? ਸਭ ਠੀਕ ਠਾਕ ਜੀ? ਹਾਈ ਸਾਹਿਬ, ਇਹ ਪਿੰਡ ਬਛਿੰਦਿਆਂ ਦਾ ਜਾਂ ਸਿੱਖਾਂ ਹਿੰਦੂਆਂ ਦਾ ਹੁੰਦਾ ਜੀ? ਬਛਿੰਦਿਆਂ ਦਾ, ਖਾਸ ਬਛਿੰਦਿਆਂ ਦਾ ਪਿੰਡ ਹੈ। ਅੱਛਾ ਜੀ, ਸਾਰੇ ਗੁੱਜਰ ਭਰਾ ਰਹੀ ਇਹਦੇ ਜੀ? ਸਾਡੇ ਵੀਰ ਨੇ ਤਾਹਿਰ ਪਟਵਾਰੀ ਸਾਹਿਬ, ਉਹਨਾਂ ਦੇ ਵਾਲਦ ਸਾਹਿਬ ਸੂਬੇਦਾਰ ਮੁਹੰਮਦ ਰਫੀਕ ਸਾਹਿਬ ਡਿਊੜੀ ਤੋਂ। ਅੱਜ ਇਹਨਾਂ ਨਾਲ ਡਿਊੜੀ ਦੇ ਬਾਰੇ 'ਚ ਪੁੱਛਦੇ ਹਾਂ ਇਹਨਾਂ ਕੋਲੋਂ ਕਿ ਬਜ਼ੁਰਗੋ ਸਾਨੂੰ ਇਹ ਦੱਸੋ ਕਿ ਡਿਊੜੀ, ਮੈਂ ਪਹਿਲੇ ਵੀ ਬਜ਼ੁਰਗਾਂ ਨੂੰ ਪੁੱਛਦਾ ਪਿਆ ਕਿ ਬਛਿੰਦਿਆਂ ਦਾ ਪਿੰਡ ਆ ਕਿ ਹਿੰਦੂਆਂ ਸਿੱਖ ਕੋ ਰਹਿੰਦੇ ਰਹੇ ਨੇ? ਹਾਂਜੀ, ਇਹ ਜਨਾਬ ਪਹਿਲੇ ਇੱਥੇ ਭਗਤੂ ਜੱਟ ਜੀ ਸਿੱਖ ਸੀ ਜੀ, ਉਹ ਰਹਿ ਰਿਹਾ ਸੀ ਇੱਕ ਘਰ। ਉਸ ਤੋਂ ਬਾਅਦ ਸਾਡੇ ਪਿਓ ਦਾਦੇ ਦਾਦਾ ਪਰਦਾਦਾ ਜਾਮੂ ਗੁੱਜਰ ਇੱਥੇ ਆਇਆ, ਉਹਦਾ ਮੁਕਾਮੀ ਰਹਿਣ ਵਾਲਾ ਸੀ, ਠੀਕ ਹੈ ਨਾ। ਅਸੀਂ ਜੱਦੀ ਪੁਸ਼ਤੀ ਗੁੱਜਰ ਇੱਥੇ ਡਿਊਟੀ 'ਤੇ ਰਹਿਣ ਵਾਲੇ ਹਾਂ, ਸਾਡੇ ਨਾਂ 'ਤੇ ਡਿਊਟੀ ਚੱਲਦੀ ਪਈ ਆ ਜੀ, ਠੀਕ ਹੈ। ਉਸ ਤੋਂ ਬਾਅਦ ਮਹਾਜਰ ਲੋਕ ਆਏ, ਬਾਹਰੋਂ ਲੋਕ ਆਏ ਸਾਡੇ ਤਾਵਨ ਨਾਲ, ਬੜੇ ਅੱਛੇ ਉਹਨਾਂ ਨੇ ਵੀ ਜ਼ਮੀਨਾਂ ਖਰੀਦੀਆਂ, ਬਹੁਤ ਅੱਛੇ ਲੋਕ ਰਹੇ ਇੱਥੇ। ਪਿੰਡੀ ਵਾਲੇ ਚੋਰੀ ਲਾੜੀ ਵਾਲੇ ਖਵਾਉਂਦੇ ਰਹੇ ਨੇ। ਸ਼ਹੀਦਾ ਪਿੰਡੀ ਵਾਲਾ ਸੀ, ਉਹਦਾ ਭਰਾ ਅਰਸ਼ਦ ਸੀ ਏਅਰਫੋਰਸ ਵਿੱਚ, ਉਹਦੇ ਅੱਗੋਂ ਬੱਚੇ ਨੇ ਖੁਰਮ ਸਾਹਿਬ ਦੁਬਈ ਹੋਣ ਦੇ। ਅੱਛਾ ਬਜ਼ੁਰਗੋ, ਤੁਹਾਡੀ ਗੱਲ ਰੋਕ ਜਾ, ਤੁਸੀਂ ਖੁਰਮ ਭਾਈ ਦਾ ਨਾਮ ਲਿਆ ਜੀ, ਇਹ ਖੁਰਮ ਭਾਈ ਹੋਏ ਨੇ ਜਿਹੜੇ ਡਿਊੜੀ ਛੱਡ ਕੇ ਲਾਹੌਰ ਸ਼ਿਫਟ, ਲਾਹੌਰ ਚੱਲ ਗਏ ਨੇ, ਉਹਨਾਂ ਉੱਥੇ ਜਾ ਕੇ ਸਕੂਲ ਪਾਇਆ ਵਾ, ਉਸ ਤੋਂ ਬਾਅਦ ਫਿਰ ਬੱਚੇ ਇਹ ਬਾਹਰ ਬੂਹਰ ਚੱਲ ਗਏ ਨੇ, ਉਹਨਾਂ ਦੀ ਤਾਰੀਫ ਕਰਨੇ, ਬਹੁਤ ਅੱਛੇ ਇੱਥੇ ਰਹੇ ਨੇ। ਅੱਛਾ ਜੀ, ਹਾਂਜੀ, 20-25 ਕਿੱਲੇ ਉਹਨਾਂ ਦੀ ਜ਼ਮੀਨ ਸੀ, ਮਾਸ਼ਾਅੱਲਾ। ਚਲੋ ਆਪਣਾ ਕਾਰੋਬਾਰ ਇੱਥੋਂ ਦੇ ਕੇ ਉੱਥੇ ਕਰ ਲਿਆ ਉਹਨਾਂ ਨੇ, ਬਹੁਤ ਅੱਛੇ ਗੁਜ਼ਰ ਰਹੇ ਲੋਕਾਂ ਨਾਲ, ਅੱਛਾ ਤਾਵਨ ਉਹਨਾਂ ਕੀਤਾ, ਪਿਆਰ ਮੁਹੱਬਤ ਕੀਤਾ।
ਉਹ ਲੋਕ ਆਉਂਦੇ ਗਏ ਜਾਂਦੇ ਗਏ, ਅਸੀਂ ਲੋਕ ਵਛਿੰਦੇ ਹਾਂ, ਅਸੀਂ ਇੱਥੇ ਹੀ ਰਹਿਣ ਵਾਲੇ ਹਾਂ ਇੱਥੇ। ਉਸ ਤੋਂ ਬਾਅਦ ਇਹ ਸਾਡੀ ਦਿੱਲੀ ਇੱਕ ਖੁਆਇਸ਼ ਸੀ, ਇਹ ਬਜ਼ੁਰਗ ਸੀ, ਇਹ ਵੀ ਇੰਡੀਆ 'ਚੋਂ ਆਏ ਦੇ ਸੀ, ਜਿਹੜਾ ਦਰਬਾਰ ਦਰਬਾਰ ਹੈ ਇਹ ਬਾਬਾ ਬੂਟੇ ਸ਼ਾਹ ਸਰਕਾਰ ਨੇ ਇੰਡੀਆ ਵਿੱਚ ਜੀ ਉਹਨਾਂ ਦੇ ਇਹ ਨਿਵਾਸੇ ਨੇ। ਅੱਛਾ, ਠੀਕ ਹੈ ਨਾ, ਦੋਤਰੇ ਜਿਹਨੂੰ ਕਿਹਾ ਜਾਂਦਾ। ਇਹ ਆਏ ਸਾਡੇ ਕੋਲ, ਯਾਨੀ ਕਿ ਅਸੀਂ ਤਾਂ ਨਹੀਂ ਸੀ, ਸਾਡੇ ਪਿਓ ਦਾਦੇ ਨੂੰ ਕਹਿਣ ਲੱਗੇ ਸਾਨੂੰ ਥਾਰ ਦਿਓ, ਇਹਨਾਂ ਨੂੰ ਦਿੱਤੀ, ਇਹਨਾਂ ਨੂੰ ਵੀ ਜ਼ਮੀਨ ਲਾਟ ਹੋ ਗਈ। ਇਹ ਦਰਵੇਸ਼ ਬੰਦੇ ਸੀ, ਸਾਡੇ ਨਾਲ ਪਿਆਰ ਕਰਦੇ ਸੀ ਬਹੁਤ, ਅਸੀਂ ਇਹਨਾਂ ਨਾਲ ਕਰਦੇ ਸਾਂ। ਉਸ ਤੋਂ ਬਾਅਦ ਮੇਰਾ ਖਿਆਲ ਹੈ ਵੀ ਇਹ ਮੇਰਾ ਮਸਾਲਾ ਨੂੰ ਪਿਆਰੇ ਹੋ ਗਏ, ਲੇਕਿਨ ਅਸੀਂ ਇਹਨਾਂ ਨੂੰ ਮੰਨਣ ਵਾਲੇ ਸਾਂ। ਅੱਲਾ ਨੇ ਹਰ ਮੁਰਾਦ ਸਾਡੀ ਪੂਰੀ ਇਹਨਾਂ ਤੋਂ ਕੀਤੀ। ਇਸ ਵਕਤ ਸਾਡੀ ਨੀਅਤ ਸੀ ਭਾਈ ਯਾ ਅੱਲਾ ਪਾਕ ਸਾਨੂੰ ਵੀ ਕਿਤੇ ਤੋਫੀਕ ਦੇ, ਅਸੀਂ ਮੇਰਾ ਮਕਸਦ ਹੈ ਇਹਨਾਂ ਦਾ ਦਰਬਾਰ 'ਤੇ ਮੇਲਾ ਕਰਵਾਈਏ। ਸਾਨੂੰ ਅੱਲਾ ਨੇ ਫੁਰਸਤ ਦਿੱਤੀ, ਅਸੀਂ ਚੌਰੀ ਸਾਹਿਬ ਮੇਰਾ ਮਹਾ ਨੈੱਟ 'ਤੇ ਚਾੜ ਦਿੱਤਾ, ਆਵਾਮ ਨੂੰ ਦੱਸਿਆ ਵੀ ਅਸੀਂ ਬਾਬੇ ਬੂਟੇ ਸ਼ਾਹ ਦੇ ਨਿਵਾਸੀਆਂ ਦਾ ਦਰਬਾਰ 'ਤੇ ਮੇਲਾ ਕਰਵਾ ਰਹੇ ਹਾਂ। ਅੱਲਾ ਦੀ ਰਹਿਮਤ ਹੈ, ਮੇਰਾ ਬੱਚਾ ਇੱਕ ਪਟਵਾਰੀ ਹੈ, ਇੱਕ ਆਰਮੀ ਵਿੱਚ ਹੈ, ਇੱਕ ਰੇਂਜਰ ਵਿੱਚ ਹੈ, ਮੈਂ ਫੌਜ 'ਚੋਂ ਰਿਟਾਇਰ ਹੋਇਆ ਦਾ ਸੂਬੇਦਾਰ। ਉਸ ਤੋਂ ਬਾਅਦ ਇਹ ਮੇਰੇ ਭਤੀਜੇ ਨੇ ਚੌਰੀ ਕੈਸਰ, ਚੌਰੀ ਯਾਸਰ, ਚੌਰੀ ਨਵਾਰ, ਕਾਸਮ, ਆਸਮ, ਇਹ ਦੁਬਈ 'ਚ ਰਹਿ ਰਹੇ ਨੇ। ਅੱਛਾ ਬਜ਼ੁਰਗੋ, ਤੁਸੀਂ ਕਿਹਾ ਕਿ ਇੱਕ ਪਟਵਾਰੀ ਹੈ, ਹਾਂਜੀ, ਇੱਕ ਪੁਲਿਸ 'ਚ, ਇੱਕ ਰੇਂਜਰ 'ਚ, ਇੱਕ ਰੇਂਜਰ 'ਚ, ਹਾਂਜੀ, ਤੇ ਕੋਈ ਵਕੀਲ ਵੀ ਬਣਾ ਲੈਣਾ ਸੀ? ਵਕੀਲ ਅੱਲਾ ਨੇ ਬਣਾਉਣਾ, ਘਰ ਨੂੰ ਹੀ ਆ ਜਾਂਦਾ? ਨਹੀਂ ਨਹੀਂ, ਇਹ ਵਕੀਲ ਅੱਲਾ ਬਣਾਇਆ ਤਾਂ ਜੇ ਅੱਲਾ ਨੇ ਜੇ ਬਜ਼ੁਰਗਾਂ ਨੂੰ ਮੰਨਣ ਵਾਲੇ ਨਾ, ਖਰੇ ਦੁਆ ਕਰਨ ਤਾਂ ਵਕੀਲ ਵੀ ਬਣ ਜਾਈਏ, ਠੀਕ ਹੈ ਨਾ? ਨਹੀਂ ਤਾਂ ਕੋਈ ਬਣਿਆ ਮਤਰਾ ਹੀ ਦੇਖਦੇ ਤਾਂ ਲਾਵੀ, ਠੀਕ ਹੈ। ਅਤੇ ਇਹ ਚੌਰੀ ਸਾਹਿਬ ਅਸੀਂ ਗੱਲਾਂ ਕਰਨੇ ਹਾਂ, ਉਂਝ ਬੰਦੇ ਹਾਂ ਪਿਆਰ ਮੁਹੱਬਤ ਕਰਨ ਵਾਲੇ, ਕੋਈ ਪਾਰਟੀਬਾਜ਼ੀ ਨਹੀਂ ਸਾਡੀ ਕਿਸੇ ਨਾਲ, ਠੀਕ ਹੈ ਨਾ, ਨਾ ਕਿਸੇ ਨਾਲ ਜਾਸਤੀ ਕਰਨੇ ਆ, ਨਾ ਕਿਸੇ ਨੂੰ ਕਰ ਦਿੰਦੇ ਹਾਂ। ਅੱਛਾ ਸੂਬੇਦਾਰ ਸਾਹਿਬ, ਥੋੜ੍ਹਾ ਜਿਹਾ ਨਾ ਅਸੀਂ ਸਾਡਾ ਵਿਲਾਗ ਸ਼ੁਗਲ ਵੀ ਲਾ ਲਈਦਾ ਸੀ, ਤੁਸੀਂ ਸਾਡੇ ਬਜ਼ੁਰਗ ਹੋ, ਹਾਂਜੀ ਹਾਂਜੀ, ਤੁਸੀਂ ਜਿਹੜਾ ਤੁਹਾਡਾ ਬੇਟਾ ਪਟਵਾਰੀ ਆ, ਹਾਂਜੀ ਹਾਂਜੀ, ਉਹਨੂੰ ਤੁਸੀਂ ਕੀ ਕਹਿੰਦੇ ਹੋ ਕਿ ਬੇਟਾ ਇੱਧਰ ਦਾ ਉੱਧਰ ਕੋਈ ਕੰਮ ਕਰ ਸਕਣਾ ਜਾਂ ਬਸ ਸਿੱਧਾ ਹੀ ਚੱਲਣਾ? ਨਹੀਂ ਨਹੀਂ, ਉਹ ਪਟਵਾਰੀ ਅਕਸਰ ਭਾਜੀ ਉਹ ਉਲਟ ਪੁਲਟ ਚੱਲਣ ਦੀ ਹੈ, ਦਿੱਲੀ ਖੁਆਇਸ਼ ਸੀ, ਅੱਲਾ ਨੇ ਪੂਰੀ ਕੀਤੀ ਨਾ ਬਜ਼ੁਰਗਾਂ ਦੀ ਦੁਆ ਨਾਲ, ਠੀਕ ਹੈ ਨਾ। ਆਪ ਬਾਹਰ ਫੌਜ 'ਚ ਰਹੇ, ਬਾਹਰ ਬੈਂਕਾਂ 'ਚ ਧੱਕੇ ਖਾਧੇ, ਫੈਕਟਰੀਆਂ 'ਚ ਨੌਕਰੀਆਂ ਕੀਤੀਆਂ, ਜੀ ਜੀ, ਸਿਰਫ ਬੱਚੇ ਪੜ੍ਹ ਜਾਣ, ਬੱਚੇ ਪੜ੍ਹ ਗਏ, ਮੇਰਾ ਮਕਸਦ ਹੈ ਮਾਸ਼ਾਅੱਲਾ ਅੱਲਾ ਨੇ ਸੁਣਿਆ ਪਟਵਾਰੀ ਬਣ ਗਿਆ, ਠੀਕ ਹੈ ਨਾ। ਉਹਨੂੰ ਇਹ ਹੀ ਸਬਕ ਦਿੱਤਾ ਸੀ ਵੀ ਤੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ, ਇੱਕੋ ਜਿਹੇ, ਮਾੜਾ ਵੀ ਤਗੜਾ ਵੀ, ਕਿਸੇ ਨਾਲ ਨਜਾਇਜ਼ ਨਹੀਂ ਕਰਨੀ, ਨਹੀਂ ਤਾਂ ਹੁੰਦਾ ਹੀ ਹੈ ਨਾ, ਉੱਧਰੋਂ ਖੋ ਉੱਧਰੋਂ ਕੱਪ, ਇਹ ਕੰਮ ਨਹੀਂ ਕਰਨਾ। ਅੱਲਾ ਦਵੇ ਦਾ ਬਰਕਤ ਬਹੁਤ, ਅੱਲਾ ਪਾਵੇ ਦਾ, ਉਹੀ ਗੱਲ ਹੈ। ਚੌਰੀ ਲੋਕ ਯਾਦ ਕਰਦੇ ਨੇ, ਜਿਹੜੇ ਲੋਕ ਰੋਂਦੇ ਸੀ ਨਾ ਉਹ ਵੀ ਮੈਨੂੰ ਆਣ ਕੇ ਆਖਦੇ ਨੇ ਵੀ ਚੌਰ ਸਾਹਿਬ, ਗੁੱਜਰ ਸਾਹਿਬ, ਸੂਬੇਦਾਰ ਸਾਹਿਬ, ਅਸੀਂ ਬੜੇ ਰੋਂਦੇ ਹਾਂ, ਸਾਡੇ ਕੰਮ ਤੇਰੇ ਪੁੱਤਰ ਨੇ ਬੜੇ ਚੰਗੇ ਕਰ ਦਿੱਤੇ, ਠੀਕ ਹੈ ਨਾ। ਅਤੇ ਮੇਰਾ ਮਕਸਦ ਹੈ ਵੀ ਨਾਂ ਹੋਣਾ, ਅੱਜ ਉਹ ਜੀ ਮੇਲਾ ਕਰਵਾਇਆ ਉਹਦੇ ਨਾਂ 'ਤੇ, ਮੇਰਾ ਮਕਸਦ ਹੋਰ ਨਾਂ ਵੱਧ ਜਾਣਾ, ਹਾਂਜੀ। ਅਤੇ ਇਹ ਆ ਵੀ ਚੰਗੇ ਕੰਮ ਕਰੋ ਅਤੇ ਨਾਂ ਅੱਲਾ ਵਧਾਉਂਦਾ, ਅਤੇ ਗੁੱਜਰ ਬਰਾਦਰੀ ਦੇ ਰਹਿਣ ਵਾਲੇ ਹਾਂ, ਗੁੱਜਰ ਬਾਦਸ਼ਾਹ ਵਾ, ਗੁੱਜਰ ਬਰਾਦਰੀ ਨਾਲ ਰਹਿਣ ਵਾਲੇ, ਗੁੱਜਰ ਬਾਦਸ਼ਾਹ ਵਾਂ, ਅਤੇ ਦਰਵੇਸ਼ ਬੰਦੇ ਹਾਂ। ਕੋਈ ਚੰਗੀ ਮਾੜੀ ਕਰ ਵੀ ਜਾਏ ਤੇ ਆਹਾਂ ਕਦੇ ਨਹੀਂ ਤਸਤਮਸ ਕੀਤੀ। ਅੱਲਾ ਨੇ ਡੇਰਾ ਪਕਾਇਆ, ਜ਼ਮੀਨ ਭਾਂਡਾ ਦਿੱਤਾ ਦਾ, ਨੌਕਰੀਆਂ ਦਿੱਤੀ ਦੀਆਂ ਨੇ। ਨਹੀਂ ਮੈਂ ਸੁਣਿਆ ਨਾ ਵੀ ਗੁੱਜਰ ਵਕਤੀ ਤੌਰ ਤੇ ਸਬਰ ਕਰ ਜਾਂਦਾ, ਵੈਸੇ ਦਾੜ ਥੱਲੇ ਆਏ ਫੇਰ ਨਹੀਂ ਚੜਦਾ? ਉਹ ਨਹੀਂ, ਉਹ ਤਾਂ ਫਿਰ ਬਾਅਦ ਦਾ ਮਜ਼ਾ ਲੈਣਾ, ਕੋਈ ਬੰਦੇ ਐਸੇ ਨਹੀਂ ਜਿਨ੍ਹਾਂ ਨੂੰ ਦਾੜ ਥੱਲੇ ਲਾਵੀ ਹੋ ਗਿਆ ਜੀ, ਲਾਵੀ ਹੋ ਗਿਆ ਸੂਬੇਦਾਰ। ਇਹ ਮੇਰਾ ਭਤੀਜਾ ਜੀ ਪੁਲਿਸ ਵਿੱਚ ਹੈ, ਫੈਸਲੇ ਦਾ ਨਾਮ ਹੈ, ਜੀ ਜੀ, ਠੀਕ ਹੈ ਨਾ। ਮਾਸ਼ਾਅੱਲਾ, ਸ਼ੁਕਰ ਹੈ ਰੱਬ ਦਾ, ਇਕੱਠੇ ਹੋਣੇ ਰੌਣਕਾਂ ਲੱਗੀਆਂ ਨੇ, ਬਾਰਾਂ ਲੱਗੀਆਂ, ਤੇ ਇਹਨਾਂ ਉਹ ਮਾਲਕ ਨੇ ਇਹਨਾਂ ਦਰਬਾਰਾਂ ਦੀ ਵਜ੍ਹਾ ਤੋਂ ਲਾਈ, ਜੀ ਬਿਲਕੁਲ, ਅਸੀਂ ਦਰਬਾਰਾਂ ਨੂੰ ਮੰਨਣ ਵਾਲੇ ਹਾਂ। ਇਹ ਸੂਬੇਦਾਰ ਸਾਹਿਬ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ, ਅੱਲਾ ਖੈਰ ਕਰੇ, ਅੱਲਾ ਤੁਹਾਨੂੰ ਖੁਸ਼ ਰੱਖੇ ਜੀ। ਬਾਕੀ ਆਪਣੇ ਦੋਸਤਾਂ ਨੂੰ ਦੱਸਦੇ ਜਾਈਏ ਕਿ ਡਿਓੜੀ ਪਿੰਡ 'ਚ
ਭਾਅ ਜੀ ਮੈਂ ਹਮੇਸ਼ਾ ਗੱਲ ਕਰਨਾ ਕਿ ਗੁੱਜਰ ਬਹੁਤ ਲੋਕ ਮੇਰੇ ਨਾਲ ਮੁਹੱਬਤ ਕਰਦੇ ਨੇ ਔਰ ਇਸ ਪਿੰਡ ਦਾ ਜਿਸ ਬੰਦੇ ਦਾ ਤੁਸੀਂ ਨਾਂ ਲਿਆ ਨਾ ਮੈਂ ਸਾਰੀ ਜ਼ਿੰਦਗੀ 'ਚ ਅੱਜ ਨਾਂ ਲੈਣ ਲੱਗਾ ਅਤੇ ਉਸ ਖੁਰਮ ਵੀਰ ਨੇ ਕਦੇ ਜ਼ਿੰਦਗੀ 'ਤੇ ਮੇਰੇ ਮੁਸ਼ਕਲ ਟਾਈਮ ਸੀ ਕਿਸੇ ਟਾਈਮ ਬਿਲਕੁਲ ਅਤੇ ਉਹ ਬੰਦਾ ਸੀ ਜਿਹਨੇ ਬਿਨਾਂ ਮਤਲਬ ਬਿਨਾਂ ਕਿਸੇ ਵਜ੍ਹਾ ਨਾਲ ਹਾਂਜੀ ਹਾਂਜੀ ਅਤੇ ਮੇਰੀ ਉਹ ਮੁਸ਼ਕਲ ਹੱਲ ਕੀਤੀ ਸੀ ਬਿਲਕੁਲ ਅਤੇ ਜਦੋਂ ਬੰਦਾ ਕਿਸੇ ਮੁਸ਼ਕਲ ਟਾਈਮ 'ਚ ਕੰਮ ਆਏ ਨਾ ਉਹ ਭੁੱਲਦਾ ਨਹੀਂ ਉਹਨਾਂ ਦੀ ਸਿਫਤ ਉਹਨਾਂ ਦਾ ਪਿਓ ਦਾਦੇ ਵੀ ਅੱਲਾ ਚਾਹੇ ਲੋਕਾਂ ਦੀ ਹਮਦਾਇਤ ਕਰਦੇ ਰਹੇ ਨੇ ਜੀ ਜੀ ਠੀਕ ਹੈ ਉਸ ਖੁਰਮ ਭਾਈ ਤੁਹਾਨੂੰ ਸਲਾਮ ਆ ਤੁਹਾਡੇ ਪਿੰਡ ਵਾਲਿਆਂ ਨੂੰ ਸਲਾਮ ਆ ਜਨਾਬ ਅਤੇ ਬੜਾ ਅੱਛਾ ਹੈ ਜਿਹੜਾ ਵੀ ਖੁਰਮ ਆਉਂਦਾ ਹੈ ਲਾਗੋਂ ਦੀ ਲੰਘ ਜਾਂਦਾ ਗੱਡੀ 'ਤੇ ਕਦੇ ਇਹ ਨਹੀਂ ਆਖਦਾ ਅਤੇ ਸਾਨੂੰ ਯਾਦ ਕੀਤਾ ਪਤਾ ਲੱਗ ਜਾਂਦਾ ਹਾਂ ਲੋਕ ਮੂੰਹ 'ਤੇ ਗੱਲ ਵੀ ਮਾਰਦੇ ਹੁੰਦੇ ਨੇ ਸਹੀ ਹੈ ਜੀ ਖੁਰਮ ਭਾਈ ਨੈਕਸਟ ਟਾਈਮ ਆਓ ਅਤੇ ਸਪੈਸ਼ਲ ਸੂਬੇਦਾਰ ਮੁਹੰਮਦ ਰਫੀਕ ਸਾਹਿਬ ਨੂੰ ਯਾਰ ਸਲਾਮ ਕਰਕੇ ਜਾਣਾ ਅਤੇ ਬਾਕੀ ਲਾਭ ਹੋ ਗਿਆ ਜੀ ਸਾਡੇ ਸਾਰੇ ਭਰਾ ਸਾਡੇ ਚਾਚੇ ਤਾਏ ਸਾਰੇ ਇੱਥੇ ਖੜ੍ਹੇ ਨੇ ਅਤੇ ਅਸੀਂ ਇਸ ਤੋਂ ਬਾਅਦ ਨਾ ਚੱਲ ਮੇਲੇ ਵਾਲੀ ਪਿੰਡ ਬਹੁਤ ਖੁਸ਼ ਹੈ ਬਹੁਤ ਖੁਸ਼ਹਾਲ ਲੋਕ ਹਾਂਜੀ ਠੀਕ ਹੈ ਨਾ ਬੜਾ ਮਜ਼ਾ ਆਇਆ ਜੀ ਹਾਂਜੀ ਹੁਣ ਇਨਸ਼ਾਅੱਲਾ ਜ਼ਿੰਦਗੀ ਰਹੀ ਨਾ ਤੇ ਮੈਂ ਦੁਬਾਰਾ ਕਿਤੇ ਆ ਕੇ ਫਿਰ ਵਲੌਗ ਬਣਾਵਾਂਗੇ ਤੁਹਾਨੂੰ ਨਹੀਂ ਜੀ ਹੁਣ ਕਿਤੇ ਵਿਆਹ ਤੇ ਮੁਲਾਕਾਤ ਕਰਾਂਗੇ ਤੇ ਇਸ ਤੋਂ ਵੀ ਬਹੁਤਾ ਕਰਾਂਗੇ ਕਿਤੇ ਵਿਆਹ ਤੇ ਸਾਥ ਲੈਣੇ ਨੇ ਤਾਹਰ ਦਾ ਵਿਆਹ ਕਰਵਾ ਕੋਈ ਦਾ ਵਿਆਹ ਕਰ ਚੜਿਆ ਉਹਦਾ ਨਾ ਦੱਸਿਆ ਹੀ ਨਹੀਂ ਅੱਛਾ ਜੀ ਆ ਜੀ ਸੂਬੇਦਾਰ ਕਰ ਸਕਦੇ ਆ ਵੀ ਮੈਨੂੰ ਕੋਈ ਲੱਭ ਜਾਏ ਤੇ ਮੈਂ ਲਓ ਜੀ ਰਿਸ਼ਤਾ ਲੱਭਣਾ ਤਾਹਰ ਬੱਚਿਆ ਤੂੰ ਜਗ੍ਹਾ ਜਗ੍ਹਾ ਫਿਰਨਾ ਹੁਣ ਧਿਆਨ ਰੱਖੀ ਭਾਅ ਜੀ ਸ਼ੁਗਰ ਬੜਾ ਲਾਉਂਦਾ ਚਾਚਾ ਸਾਡਾ ਜ਼ਿੰਦਾਬਾਦ ਕਬੱਡੀ ਦੀ ਗਰਾਊਂਡ 'ਚ ਪਹੁੰਚ ਗਏ ਹਾਂ
ਸੂਬੇਦਾਰ ਮੁਹੰਮਦ ਰਫੀਕ ਸਾਹਿਬ ਨੇ, ਤਾਹਰ ਭਾਈ, ਯਾਸਰ ਭਾਈ ਉਹਨਾਂ ਨੇ ਗਰਾਊਂਡ ਬੜੀ ਫਸਟ ਕਲਾਸ ਬਣਾ ਦਿੱਤੀ ਹੈ। ਪੰਜ ਪੰਜ ਸੱਤ ਸੱਤ ਫੁੱਟ ਜਿਹੜਾ ਨਾ ਨਾਲ ਪਾਣੀ ਲਾ ਦਿੱਤਾ ਗਰਾਊਂਡ ਦੇ, ਤਾਂ ਕਿ ਬੱਚੇ ਲੋਕ ਜਿਹੜੇ ਨੇ ਮੁਮਨ ਤੰਗ ਨਾ ਕਰਨ। ਔਰ ਸੂਬੇਦਾਰ ਸਾਹਿਬ, ਗਰਾਊਂਡ ਤਾਂ ਬੜੀ ਜ਼ਬਰਦਸਤ ਬਣ ਗਈ ਹੈ ਮਾਸ਼ਾਅੱਲਾ। ਔਰ ਇਨਸ਼ਾਅੱਲਾ ਤਾਲਾ ਜਿਹੜੇ ਦੋਸਤ ਸਾਡਾ ਮੈਚ ਦੇਖਣਗੇ ਫੇਸਬੁੱਕ ਪੇਜ 'ਤੇ, ਉਹ ਵੀ ਇੰਜੋਏ ਕਰਨਗੇ, ਕਿਉਂਕਿ ਪਾਕਿਸਤਾਨ ਦੇ ਤਗੜੇ ਪਲੇਅਰ, ਇੰਟਰਨੈਸ਼ਨਲ ਪਲੇਅਰ ਜਿਹੜੇ ਨੇ, ਉਹ ਅੱਜ ਡਿਊੜੀ ਦੀ ਸਰਜ਼ਮੀਨ 'ਤੇ ਆ ਰਹੇ ਨੇ। ਅਤੇ ਗਰਾਊਂਡ ਤੁਸੀਂ ਜਿਹੜੀ ਬਣਾ ਖੜੀ ਹੈ ਨਾ, ਇੰਜੀ ਆ ਵੀ ਜਿਵੇਂ ਛੱਕਰ ਹੁੰਦੀ ਹੈ, ਛੱਕਰ ਬਣਾ ਦਿੱਤੀ ਆ, ਵਰਨਾ ਐਵੇਂ ਮਾਵਾਂ ਦੇ ਪੁੱਤਰ ਹੁੰਦੇ ਨੇ ਜਿਹੜੇ ਢੇਮੇ ਢੇਮ ਸਖਤ ਹੁੰਦੀ ਆ ਕਿ ਜਿਸਮ ਛਿਲਿਆ ਜਾਂਦਾ। ਬੜੀ ਜ਼ਬਰਦਸਤ ਕਿਸਮ ਦੀ ਨਾ, ਰੂੰ ਦੀ ਤਰ੍ਹਾਂ, ਛੱਕਰ ਦੀ ਤਰ੍ਹਾਂ ਭਾਜੀ ਆਪਣੇ ਜ਼ਮੀਨ ਬਣਾਈ ਹੈ ਉਹਨਾਂ ਨੇ। ਮੇਰਾ ਖਿਆਲ ਰੂਟਰ ਸ਼ੂਟਰ ਫੇਰ ਕੇ ਸਾਰਾ ਬਣਾਇਆ ਬਜ਼ੁਰਗ, ਬਿਲਕੁਲ ਫੇਰਿਆ, ਪਹਿਲੇ ਹੱਲਾ ਨਾ ਵਾਹਿਆ ਜੀ ਜੀ, ਝੂਲੇ ਵਗੈਰਾ ਲੱਗੇ ਨੇ ਇਸ ਸਾਈਡ ਦੇ ਜੀ, ਜੰਪ ਨੇ ਇੱਧਰ ਵੀ, ਛੋਟੇ ਭੰਗੂੜੇ ਜਿਹੜੇ ਬੱਚੇ ਝੂਲੇ ਲੈ ਰਹੇ ਨੇ। ਸਾਹਮਣੇ ਦਰਬਾਰ ਸ਼ਰੀਫ ਹੈ, ਜ਼ੇਰੇ ਤਮੀਰ ਹੈ ਜੀ, ਲੇਕਿਨ ਇਹ ਡਿਉੜੀ ਦਾ ਪਹਿਲਾ ਮੇਲਾ। ਸਾਡੇ ਵੀਰ ਕਬੱਡੀ ਵਾਸਤੇ ਤਿਆਰੀ ਸ਼ਿਆਰੀ ਕਰਦੇ ਪਏ ਨੇ। ਅੱਜ ਡਿਉੜੀ ਪਿੰਡ 'ਚ ਆਏ ਸੀ, ਤੁਹਾਨੂੰ ਦੱਸਿਆ ਚੌਧਰੀ ਆਪਣੇ ਸੂਬੇਦਾਰ ਮੁਹੰਮਦ ਰਫੀਕ ਸਾਹਿਬ ਨਾਲ ਵੀ ਗੱਲਬਾਤ ਕਰਕੇ ਤੁਹਾਡੇ ਨਾਲ ਸ਼ੇਅਰ ਕੀਤਾ ਡਿਉੜੀ। ਅੱਜ ਕਬੱਡੀ ਮੈਚ ਵੀ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਦਿਖਾਇਆ, ਬੜਾ ਮਜ਼ਾ ਆਇਆ। ਤਾਹਿਰ ਗੁਜਰ, ਨਦੀਮ ਨਹਿਰ, ਆਪਣੇ ਸਾਰੇ ਵੀਰਾਂ ਨਾਲ, ਅਕੀਲ ਭਾਈ ਔਰ ਸਾਡੇ ਚਾਚਾ ਜੀ ਸੂਬੇਦਾਰ ਮੁਹੰਮਦ ਰਫੀਕ ਸਾਹਿਬ, ਜਿਨ੍ਹਾਂ ਦਾ ਇੰਟਰਵਿਊ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ। ਬੜਾ ਚਾਸਾ ਹੀ ਹੈ ਜੀ ਡਿਉੜੀ ਆ ਕੇ, ਬੜਾ ਮਜ਼ਾ ਡਿਉੜੀ ਦਾ ਮੈਚ ਦੇਖ ਕੇ ਦਿਖਾ ਕੇ ਬੜਾ। ਅਤੇ ਡਿਉੜੀ ਦੇ ਲੋਕ ਬੜੀ ਮੁਹੱਬਤ ਕਰਨ ਵਾਲੇ ਲੋਕ ਨੇ। ਔਰ ਚੌਧਰੀ ਸੂਬੇਦਾਰ ਮੁਹੰਮਦ ਰਫੀਕ ਸਾਹਿਬ ਨਾਲ ਆਪਣੇ ਸਾਡੇ ਚੌਧਰੀ ਖੁਰਮ ਸਾਹਿਬ ਜਿਹੜੇ ਇਸ ਟਾਈਮ ਦੁਬਈ ਨੇ, ਲਾਹੌਰ ਸ਼ਿਫਟ ਹੋ ਗਏ ਨੇ, ਤੁਹਾਡੇ ਪਿੰਡ 'ਚ ਜਨਾਬ ਅੱਜ ਬੜੀ ਚਾਸਾ ਹੀ, ਬੜਾ ਮਜ਼ਾ। ਤਾਹਿਰ ਪਟਵਾਰੀ ਸਾਹਿਬ ਨੇ ਤਹਿਸੀਲ ਜ਼ਫਰਵਾਲ ਦੇ ਇਲਾਕੇ ਜਿਹਨਾਂ ਦੀ ਹਦੂਦ ਆ ਜਨਾਬ ਦੂਸਰੀ ਸਟਾਫ ਵੱਲ ਨੂੰ, ਅਤੇ ਜਨਾਬ ਜੇ ਕਿਸੇ ਨੂੰ ਜ਼ਮੀਨ ਦਾ ਕੋਈ ਕੰਮ ਸ਼ਾਮ ਹੋਏ ਤਾਂ ਇਸ ਵੀਰ ਨੂੰ ਤੁਸੀਂ ਯਾਦ ਕਰ ਸਕਦੇ ਹੋ। ਅਕੀਲ ਭਾਈ ਨੇ ਸਾਡੇ ਨਾਲ, ਨਦੀਮ ਆਪਣੇ ਮੀਆਂ ਨਦੀਮ ਸਾਹਿਬ ਨੇ, ਚਾਂਦ ਭਾਈ ਨੇ, ਜ਼ੈਦ ਭਾਈ ਨੇ, ਅਤੇ ਆਪਣੇ ਚਾਚੇ ਰਫੀਕ ਨਾਲ, ਤਾਹਿਰ ਭਾਈ ਉਹਨਾਂ ਨਾਲ ਜੋੜੀ ਪਿੰਡ 'ਚ ਆਪਣੇ ਤਨਵੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ, ਦੁਆਵਾਂ ਜੀ, ਯਾਦ ਰੱਖਿਆ ਕਰੋ। ਅੱਲਾ ਹਾਫਿਜ਼।